ਹਰਪ੍ਰੀਤ ਸਿੰਘ ਜਵੰਦਾ ਦੀਆਂ ਕਹਾਣੀਆਂ ਪਹਿਲੀ ਕਹਾਣੀ ਬੰਬੂ ਕਾਰਟ ਫਿਲਮ ਦਾ ਸੀਨ ਨਹਿਰ ਦੀ ਪਟੜੀ ਤੇ ਨਾਲ ਦੀ ਨੂੰ ਮਗਰ ਬਿਠਾ ਸਾਈਕਲ ਤੇ ਪੈडल मारਦਾ ਜਾਂਦਾ ਐਮੀ ਵਰਕ ਤੇ ਮਗਰੋਂ ਮੋਟਰਸਾਈਕਲ ਤੇ ਚੜਿਆ ਹੁੰਦਾ ਬੀਨੂ ਢਿੱਲੋਂ ਤੇ ਕੁਝ ਵਿਥ ਤੇ ਜਾ ਕੇ ਉਸ ਵੱਲੋਂ ਕੋਟ ਦੀ ਜੇਬੋਂ ਕੱਢ ਕੱਚੇ ਰਾਹ ਤੇ ਸੁੱਟਿਆ ਰੁਮਾਲ ਇਹ ਦ੍ਰਿਸ਼ ਇੱਕ ਕਾਲਜੇ ਦਾ ਰੁਗ ਭਰਿਆ ਗਿਆ ਤੇ ਮੈਂ ਸਨ 83 ਦੇ ਫਗਣ ਮਹੀਨੇ ਆਪਣੇ ਪਿੰਡ ਨੂੰ ਜਾਂਦੀ ਨਹਿਰ ਦੀ ਪਟੜੀ ਤੇ ਅਪੜ ਗਿਆ ਸਾਈਕਲ ਦੇ ਡੰਡੇ ਤੇ ਤੌਲੀਆ ਬੰਨ ਬਿਠਾਇਆ ਆਪਣਾ ਚਾਰ ਵਰਿਆਂ ਦਾ ਪੁੱਤ ਉਨਿੱਕੀਆਂ-ਨਿੱਕੀਆਂ ਗੱਲਾਂ ਕਰ ਹੀ ਰਿਹਾ ਸੀ ਕਿ ਮਗਰੇ ਬੈਠੀ ਗੁਰਮੀਤ ਕੌਰ ਆਖਣ ਲੱਗੀ ਪਾਸੇ ਕਰ ਲੋ ਪਿੱਛੇ ਕੋਈ ਕਾਰ ਆਉਂਦੀ ਦੀਂਦੀ ਏ ਕੋਲੋਂ ਲੰਗੀ ਕਾਰ ਦੀ ਮੂਰਲੀ ਸੀਟ ਤੇ ਕੋਣੀ ਬਾਹਰ ਨੂੰ ਕੱਢ ਕੇ ਬੈਠਾ ਬੰਦਾ ਮੈਂ ਝੱਟ ਪਛਾਣ ਲਿਆ ਇਸ ਗੱਲ ਤੇ ਕੋਈ ਹੈਰਾਨੀ ਨਾ ਹੋਈ ਕਿ ਉਹਨਾਂ ਕਾਰ ਖਿលਿਆਰੀ ਕੋਨਾ ਕਿਉਂ ਨਾ ਕੁਝ ਘੜੀਆਂ ਦੀ ਚੁੱਪ ਮਗਰੋਂ ਪਿੱਛੋਂ 헤ਠਾਂ ਉਤਰ ਗਈ ਗੁਰਮੀਤ ਕੌਰ ਬੋਲੀ ਆਹ ਤਾਂ ਆਪਣਾ ਜਗਰੂਪ ਸਿਆਂ ਲੱਗਦਾ ਸੀ ਮੈਂ ਕਾਰ ਦੇ ਪਿੱਛੇ ਉੱਡਦਾ ਘੱਟਾ ਬੈਠਣ ਦੀ ਉਡੀਕ 'ਚ ਸੱਜਾ ਪੈਰ ਨਹਿਰ ਦੀ ਪਟੜੀ ਤੇ ਲਾ ਕੇ ਨਹੀਂ ਧੇਰ ਦੂਰ ਜਾਂਦੇ ਘੱਟੇ ਦੇ ਗੁਬਾਰ ਵੱਲ ਵੇਖਦਾ ਰਿਹਾ ਫਿਰ ਘਰ ਸਾਥੋਂ ਪਹਿਲਾਂ ਅੱਪੜ ਗਏ ਪਰੌਣਿਆਂ ਦੀ ਹੁੰਦੀ ਉੱਚੀ ਚ ਵਧੀਆ ਕਮਰਾ ਵਧੀਆ ਬਿਸਤਰਾ ਹਰ ਥਾਂ ਹੁੰਦੀ ਜੀ ਹਜ਼ੂਰੀ ਫਿਰ ਅਗਲੇ ਦਿਨ ਸ਼ਗਨ ਲੌਣ ਜਾਣ ਲੱਗੇ ਤਾਂ ਉਸ ਕਾਰ 'ਚ ਬੈਠਣ ਨੂੰ ਜੀ ਜਿਆ ਨਾ ਕਰੇ ਅਖੀਰ ਵੱਡੇ ਜਵਾਈ ਦਾ ਵੀ ਤਾਂ ਕੋਈ ਸਵੈਮਾਨ ਹੁੰਦਾ ਹੈ ਚੜਦੇ ਸੂਰਜ ਨੂੰ ਸਲਾਮਾ ਉਸਾਰੇ ਰਾ ਆਪਣੇ ਮਰਬਿਆਂ ਕਿលਿਆਂ ਡੰਗਰ ਬੱਚੇ ਖੁੱਲੀ ਵਾਈ ਖੇਤੀ ਦੀਆਂ ਗੱਲਾਂ ਕਰਦਰ ਗਏ ਪਿਛਲੇ ਮਹੀਨੇ ਕਢਵਾਇਆ ਇੰਟਰਨੈਸ਼ਨਲ ਟਰੈਕਟਰ ਤੇ ਵਾਈ ਖੇਤੀ ਦੇ ਆਧੁਨਿਕ ਸੰਦ ਕਾਰ ਚ ਬੈਠੇ ਸਾਰੇ ਨਿੱਕੇ ਜਵਾਈ ਦੀਆਂ ਗੱਲਾਂ ਧਿਆਨ ਨਾਲ ਕੰਨ ਲਾ ਕੇ ਸੁਣੇ ਜਾ ਰਹੇ ਸਨ ਮੈਂ ਅੰਦਰੋਂ ਅੰਦਰ ਹੀ ਵਿਆਹ ਵਾਲੇ ਦਿਨ ਗਲ ਪਾਏ ਜਾਣ ਵਾਲੇ ਕੋਟ ਪੈਂਟ ਬਾਰੇ ਸੋਚ-ਸੋਚ ਪਰੇਸ਼ਾਨ ਸੀ ਪੂਣੀ ਲਾਗੋਂ ਰਫੂ ਕਰਵਾਈ ਸੱਜੀ ਬਾਹ ਦਰਜੀ ਦੀ ਗਲਤੀ ਨਾਲ ਫੇਰ ਵੀ ਰੰਗ ਵੱਖਰਾ ਹੀ ਦਿਖਦਾ ਸੀ ਫਿਰ ਵਿਆਹ ਵਾਲੇ ਦਿਨ ਤਿਆਰ ਹੁੰਦੇ ਨੂੰ ਕਿੰਨੇ ਸਾਰੇ ਸੁਨੇਹ ਆਏ ਜੀਜਾ ਜੀ ਬਰਾਦ ਉਡੀਕੀ ਜਾਂਦੀ ਐ ਛੇਤੀ ਕਰੋ ਪਰ ਮੇਰੀ ਪੱਗ ਦਾ ਆਖਰੀ ਲੜ ਪੂਰਾ ਨਹੀਂ ਸੀ ਆ ਰਿਹਾ ਕਿੰਨੀ ਵਾਰ ਖਿੱਚਵੀਂ ਪੂਣੀ ਵੀ ਕਰਵਾਈ ਅਖੀਰ ਖਿੱਚ ਖੋਚ ਕੇ ਲੜ ਪੂਰਾ ਆਇਆ ਹੀ ਸੀ ਕਿ ਜੁੱਤੀ ਦਾ ਇੱਕ ਪੈਰ ਗਵਾਚ ਗਿਆ ਕਿਸੇ ਨਿਆਣੇ ਨੇ ਗੁਰਗਾਬੀ ਦਾ ਇੱਕ ਪੈਰ ਸ਼ਰਾਰਤ ਨਾਲ ਪੇਟੀ ਹੇਠਾਂ ਗਾਂ ਤੱਕਦਾ ਸੀ ਅਖੀਰ ਜਦੋਂ ਤਿਆਰ ਹੋ ਕੇ ਬਾਹਰ ਨਿਕਲਣੀ ਲੱਗਾ ਸਾ ਤਬ ਉਹੇ ਦੀ ਚੁਗਾਠ ਚੋਂ ਨਿਕਲੀ ਲੱਕੜ ਦੀ ਛਿਲਤਰ ਨਾਲ ਫਸ ਕੇ ਕਫ ਨੂੰ ਐਸੀ ਖੁੰਗੀ ਲੱਗੀ ਕਿ ਕੋਟ ਦੀ ਸੱਜੀ ਬਾਹ ਇੱਕਦਮ ਢੇਠਾ ਹੀ ਲਮਕ ਗਈ ਸਾਰੀ ਕੀਤੀ ਕਤਰੀ ਖੁੱਝ ਪੈ ਗਈ ਲੱਗੀ ਵੱਡੇ ਜਵਾਈ ਤੇ ਵੱਡੇ ਜੀਜੇ ਨੂੰ ਹੋਣ ਵਾਲੇ ਮਖੌਲ ਨਿੱਕੇ ਜਵਾਈ ਵੱਲੋਂ ਕੀਤੀਆਂ ਜਾਣ ਵਾਲੀਆਂ ਟਿਚਕਰਾਂ ਬਾਰੇ ਸੋਚ ਮੁੜ ਕੇ ਛੁੱਟ ਗਈ ਫੇਰ ਢੇਰੀ ਢਾ ਕੇ ਪਾਸੇ ਬੈਠੇ ਨੂੰ ਅਚਾਨਕ ਲਫਾਫਾ ਚੁੱਕੀ ਗੁਰਮੀਤ ਕੌਰ ਕਮਰੇ ਚ ਆਉਂਦੀ ਦਿਸ ਪਈ ਅਜੇ ਆਪਣੇ ਨਾਲ ਹੋਈ ਬਾਰੇ ਦੱਸਣ ਹੀ ਲੱਗਾ ਸੀ ਕਿ ਲਫਾਫੇ 'ਚ ਉਸਮਾਨੀ ਰੰਗ ਦਾ ਨਵਾਂ ਨਕੋਰ ਕੋਟ ਪੈਂਟ ਕੱਢ ਫੜਾਉਂਦੀ ਆਖਣ ਲੱਗੀ ਆ ਪੁਰਾਣੇ ਨੂੰ ਲਾ ਕੇ ਆ ਪਾ ਲੋ ਹੁਣ ਆ ਨਾ ਪੁੱਛਿਓ ਕਿ ਵੀ ਇਹ ਸਵਾਇਆ ਕਿਦਾਂ ਬਸ ਸਮਝੋ ਸਬਬ ਬਣ ਗਿਆ ਸ਼ਹਿਰ ਜਾਂਜੂ ਵਾਲੇ ਦਿਨ ਵਾਸਤੇ ਕੋਟ ਪੈਂਟ ਸਵਾਨ ਗਏ ਨੇ ਚੁੱਪਚੀਪੇ ਤੇ ਤੁਹਾਡਾ ਵੀ ਆਖ ਦਿੱਤਾ ਸੀ ਦੋਹਾਂ ਦਾ ਮੇਚ ਜੂ ਇੱਕੋ ਹੋਇਆ ਹੁਣ ਮੁੜ ਕੇ ਕਦੇ ਨਾ ਆਖਿਓ ਸਾਰੇ ਇੱਜ਼ਤ ਮਾਨ ਨਹੀਂ ਕਰਦੇ ਘੜੀ ਕੁ ਮਗਰੋਂ ਆਪਣੇ ਕੋਟ ਦੀ ਗੁਰਮੀਤ ਕੌਰ ਦੇ ਕਿਨਾਰੇ ਵਾਲੀ ਫਿਰੋਜ਼ੀ ਰੰਗ ਦੇ ਸੂਟ ਨਾਲ ਹੋ ਗਈ ਸਬਬੀ ਮੈਚਿੰਗ ਵੇਖ ਰੋਂ ਹੱਕੇ ਹੋ ਗਏ ਦੱਬ ਤੋਂ ਬਦੀ ਹਾਸਾ ਜਿਹਾ ਨਿਕਲ ਗਿਆ ਅਗਲੀ ਕਹਾਣੀ ਨਾਲ ਪੜਾਉਂਦਾ ਹਿਸਾਬ ਦਾ ਮਾਸਟਰ ਰੇਸ਼ਮ ਸਿੰਘ ਅਕਸਰ ਦੁਖੜੇ ਫੁੱਲਣ ਲੱਗ ਜਾਂਦਾ ਆਖੇ ਔਲਾਦ ਉਸੇ ਹਿਸਾਬ ਦੀ ਨਹੀਂ ਨਿਕਲੀ ਜਿਹੜਾ ਹਿਸਾਬ ਕਿਤਾਬ ساری ਜ਼ਿੰਦਗੀ ਮੈ ਲਾਉਂਦਾ ਰਿਹਾ ਨਾਲ ਦੀ ਨਸੀਬਕੌਰ ਥੋੜਾ ਟਿੱਲਾ ਰਹਿੰਦੀ ਸੀ ਉਸ ਤੋਂ ਬਗੈਰ ਕਿਸੇ ਹੋਰ ਕੋਲ ਪੂਣੀ ਕਰਾਉਣ ਜੋਗੀ ਵੀ ਵੇਲ ਹੈ ਨਹੀਂ ਸਾਰਾ ਦਿਨ ਬਸ ਆਪਣੀ ਦੁਨੀਆ ਚ ਮਸਤ ਰਹਿੰਦੇ ਫੇਰ ਵੀ ਡਿਗਦੀ ਟੈਂਦੀ ਪੱਗ ਦਾ ਇੱਕ ਪਾਸਾ ਫਾੜੀ ਲੈਂਦੀ ਹੈ ਬੇਨਾ ਪੂਣੀ ਤੋਂ ਬੰਨਣੀ ਪੱਗ ਥੋੜਾ ਕਸ ਕੇ ਬੰਨਣੀ ਪੈਂਦੀ ਏ ਦੁਪਹਿਰ ਨੂੰ ਫੇਰ ਸਿਰਪੀੜ ਜੀ ਸ਼ੁਰੂ ਹੋ ਜਾਂਦੀ ਏ ਤੇ ਜਦੋਂ ਸ਼ਾਮੀ ਘਰੇ ਅੱਪੜ ਸਿਰੋਂ ਲਾਈਦੀ ਏ ਤੇ ਕੰਨ ਲਾਲ ਹੋਏ ਪਏ ਹੁੰਦੇ ਨੇ ਤੇ ਮੱਥੇ ਤੇ 50 ਦਾ ਡੂੰਗਾ ਨਿਸ਼ਾਨ ਪੈ ਜਾਂਦਾ ਮੈਂ ਅੱਗੋਂ ਅਕਸਰ ਆਖਦਾ ਮਿਤਰਾ ਕੁੰਡੇ ਨਾਲ ਬੰਨ ਕੇ ਕਰਨੀ ਸਿੱਖ ਲੈ ਅੱਗੋਂ ਆਖਦਾ ਯਾਰ ਇੰਜ ਕਰਦਿਆਂ ਵੇਖ ਨਸੀਬਕੌਰ ਗੁੱਸੇ ਹੋ ਜਾਂਦੀ ਏ ਆਖਦੀਏ ਜਦ ਤਨ ਮੈਂ ਮਰ ਜਾਊ ਉਸ ਦਿਨ ਬੇਸ਼ੱਕ ਕੁੰਡੇ ਜਾਂ ਮੰਜੇ ਨਾਲ ਬੰਨ ਕੇ ਕਰ ਲਾਂਗੀ ਫੇਰ ਇੱਕ ਦਿਨ ਵਾਕਈ ਖਬਰ ਮਿਲ ਗਈ ਨਸੀਬਕੌਰ ਚਲੀ ਗਈ ਭੋਗਤੇ ਗਏ ਵੇਖਿਆ ਰੇਸ਼ਮ ਸਿੰਘ ਬੁਰੀ ਤਰ੍ਹਾਂ ਟੁੱਟ ਗਿਆ ਸੀ ਸਾਨੂੰ ਵੇਖ ਅੰਦਰ ਡੱਕਿਆ ਕਿੰਨਾ ਕੁਝ ਬਾਹਰ ਆ ਗਿਆ ਹੌਸਲਾ ਦਿੱਤਾ ਆਖਿਆ ਤੇਰੇ ਨਾਲ ਆ ਭਾਵੇਂ ਅੱਧੀ ਰਾਤ ਬਾਜ਼ ਮਾਰ ਕੇ ਵੇਖ ਲੈ ਅੱਗੋਂ ਹੋਰ ਜਜ਼ਬਾਤੀ ਹੋ ਗਿਆ ਆਖਣ ਲੱਗਾ ਯਾਰ ਨਾਲ ਦਾ ਚਲਾ ਜਾਏ ਤਾਂ ਇਨਸਾਨ ਨੂੰ ਅੱਖੀਆਂ ਹੁੰਦੇ ਹੋਏ ਵੀ ਦਿਸਣੋਂ ਹਟ ਜਾਂਦਾ ਮੈਨੂੰ ਵੀ ਹਟ ਗਿਆ ਦੋ ਜਵਾਨ ਔਲਾਦਾਂ ਦਾ ਪਿਓ ਆ ਫੇਰ ਵੀ ਉਹ ਗੱਲ ਨਹੀਂ ਬਣਦੀ ਲੱਗਦੀ ਜਿਹਦੇ ਬਾਰੇ ਇਹਨਾਂ ਦੇ ਜਨਮ ਵੇਲੇ ਕਦੀ ਸੋਚਿਆ ਸੀ ਮਹੀਨੇ ਦੀ ਛੁੱਟੀ ਮਗਰੋਂ ਸਕੂਲੇ ਆਇਆ ਤਾਂ ਦੁਪਹਿਰੇ ਪੱਗ ਤੇ 50 ਲਾ ਨੰਗੇ ਸਿਰ ਸਟਾਫ ਰੂਮ ਬੈਂਚ ਤੇ ਲੰਮਾ ਪੈ ਗਿਆ ਪੁੱਛਿਆ ਤਾਂ ਆਖਣ ਲੱਗਾ ਸਿਰ ਜਿਹਾ ਦੁਖੀ ਜਾਂਦਾ ਹੈ ਗੋਹ ਨਾਲ ਵੇਖਿਆ ਮੱਥੇ ਤੇ 50 ਦਾ ਇੱਕ ਡੂੰਗਾ ਨਿਸ਼ਾਨ ਉਕਰਿਆ ਹੋਇਆ ਸੀ ਆਖਣ ਲੱਗਾ ਚਾਰ ਦਿਨ ਹੋ ਗਏ ਕੋਈ ਪੂਣੀ ਕਰਾਉਣ ਵਾਲਾ ਹੀ ਨਹੀਂ ਲੱਭਿਆ ਬਸ ਇੱਕੋ ਪਾਸਾ ਬਾਰ-ਬਾਰ ਬੰਨੀ ਜਾਂਦਾ ਫਿਰ ਇੱਧਰ ਉੱਧਰ ਵੇਖ ਥੋੜਾ ਹੋਰ ਕੋਲ ਹੁੰਦਾ ਹੋਇਆ ਆਖਣ ਲੱਗਾ ਮੱਥੇ ਦਾ ਨਿਸ਼ਾਨ ਵੇਖ ਕੇ ਹੈਰਾਨ ਨਾ ਹੋ ਮਿੱਤਰਾ ਇੱਕ ਨਿਸ਼ਾਨ ਜਾਂਦੀ ਜਾਂਦੀ ਨਸੀਬ ਕੋਰ ਦਿਲ ਤੇ ਵੀ ਪਾ ਗਈ ਏ ਹੋਏ ਤੋਂ ਵੀ ਕਿਦਰੇ ਵੱਧ ਡੂੰਗਾ ਅਗਲੀ ਕਹਾਣੀ ਜੰਗਲਾਤ ਮਹਿਕ ਵਿੱਚ ਰੇਂਜ ਅਫਸਰ ਮਾਸੜ ਜੀ ਉਨੀ ਦਿਨੀ ਨੈਨੀਤਾਲ ਕੋਲ ਜਿਮ ਕਾਰਬਟ ਪਾਰਕ ਵਿੱਚ ਤਾਇਨਾਤ ਸਨ ਐਨ ਐਸ ਦਾ ਕੈਂਪ ਲਾਉਣ ਗਈਆਂ ਨੂੰ ਇੱਕ ਦਿਨ ਜੰਗਲ ਵਖਾਉਣ ਨਾਲ ਲੱਗੇ ਦਿੱਲੀ ਤੇ ਹੋਰ ਸ਼ਹਿਰਾਂ ਚ ਹੋਈ ਨਸਲ ਖੁਸ਼ੀ ਅਜੇ ਤਾਜ਼ਾਈ ਸੀ ਕੁਝ ਕੁ ਕਦਮ ਤੁਰਨ ਮਗਰੋਂ ਅਹਿਸਾਸ ਹੋਇਆ ਕਿ ਸਾਡਾ ਪਿੱਛਾ ਕੀਤਾ ਜਾ ਰਿਹਾ ਹੈ ਜਿੱਥੇ ਵੀ ਜਾਂਦੀਆਂ ਉੱਥੇ ਉਹ ਸਾਰੇ ਆ ਜਾਂਦੇ ਦੰਦ ਕੱਢੀ ਜਾਣ ਤੇ ਨਾਲੇ ਆਖੀ ਜਾਣ ਪੰਜਾਬ ਦਾ ਹੁਸਨ ਖੁਦ ਚੱਲ ਕੇ ਉੱਤਰ ਪ੍ਰਦੇਸ਼ ਆਇਆ ਹੈ ਮਾਸਰ ਜੀ ਨੇ ਕੁਝ ਸੋਚ ਪੰਗਾ ਲੈਣਾ ਬਿਹਤਰ ਨਾ ਸਮਝਿਆ ਪਰ ਅੱਗੇ ਨਾਲੋਂ ਜ਼ਿਆਦਾ ਚੁੱਕੰਨੇ ਹੋ ਗਏ ਨੇ ਸਾਨੂੰ ਅੱਗੇ ਤੋਰ ਲਿਆ ਤੇ ਆਪ ਪਿੱਛੇ ਆਉਣਾ ਸ਼ੁਰੂ ਕਰ ਦਿੱਤਾ ਇੱਕ ਜਗ੍ਹਾ ਡੂੰਗੀ ਥਾਂ ਤੇ ਵੱਡੀ ਸਾਰੀ ਬਲਗਣ ਵੱਲ ਥੱਲੇ ਕਿੰਨੇ ਸਾਰੇ ਖੁੱਲੇ ਸ਼ੇਰ ਛੱਡੇ ਹੋਏ ਸਨ ਸਾਡਾ ਪਿੱਛਾ ਕਰਦਾ ਮੁਸਟੰਡਿਆਂ ਦਾ ਉਹ ਗਰੁੱਪ ਸ਼ੇਖੀ ਮਾਰਨ ਖਾਤਰ ਕੰਡਿਆਲੀ ਤਾਰ ਪਾਰ ਕਰਕੇ ਅੰਦਰ ਵੱਲ ਬਣੀ ਬੰਨੀ ਤੇ ਤੁਰਨ ਲੱਗਾ ਲੋਕਲ ਹੋਣ ਕਰਕੇ ਸ਼ਾਇਦ ਉਹਨਾਂ ਨੂੰ ਇੰਜ ਤੁਰਨ ਦਾ ਵੱਲ ਵੀ ਸੀ ਅਚਾਨਕ ਠਾਹ ਦੀ ਆਵਾਜ਼ ਆਈ ਤੇ ਬਹੁਤੀ ਸ਼ੇਖੀ ਮਾਰਦਾ ਇੱਕ ਮੁੰਡਾ ਨਾਲ ਉੱਗੇ ਰੁੱਖ ਦੀਆਂ ਟਾਹਣੀਆਂ ਵਿੱਚੋਂ ਦੀ ਹੁੰਦਾ ਹੋਇਆ ਸਿੱਧਾ ਹੇਠਾਂ ਜਾ ਕੁਦਰਤੀ ਥੋੜੀ ਦੂਰੀ ਲੰਮੀ ਜੱਤ ਵਾਲਾ ਮੋਟਾ ਤਾਜ਼ਾ ਸ਼ੇਰ ਸੁੱਤਾ ਪਿਆ ਸੀ ਬਚਾਓ ਬਚਾਓ ਦੀਆਂ ਆਵਾਜ਼ਾਂ ਸੁਣ ਉਹਦੀ ਨੀਂਦਰ ਖੁੱਲ ਗਈ ਉਹ ਉઠਿਆ ਮੂੰਹ ਖੋਲੇ ਹੀਠਾਂ ਡਿੱਗੇ ਵੱਲ ਨੂੰ ਹੋ ਤੁਰਿਆ ਬਾਕੀ ਕਿੰਨੇ ਸਾਰੇ ਵੇਖਣ ਆਏ ਲੋਕ ਹੋਣ ਵਾਲੇ ਇਸ ਵਰਤਾਰੇ ਬਾਰੇ ਸੋਚ ਦੂਰ ਦੂਰ ਨਸ ਗਏ ਬਿਨਾਂ ਦੇਰੀ ਕੀਤੇ ਆ ਮਾਸੜੋਰਾ ਆਪਣੀ ਦਸਤਾਰ ਲਾਈ ਸ਼ਾਇਦ ਅੰਦਾਜ਼ਾ ਹੋ ਗਿਆ ਸੀ ਕਿ ਏਡੀ ਲੰਮੀ ਨਹੀਂ ਜਾ ਸਕਦੀ ਉਹਨਾਂ ਉਸੇ ਵੇਲੇ ਮੇਰੇ ਗਲ ਪਾਈ ਚੁੰਨੀ ਧਰੂ ਲਈ ਦੋ ਚੁੰਨੀਆਂ ਹੋਰ ਇਕੱਠੀਆਂ ਕਰ ਛੇਤੀ ਨਾਲ ਗੰਢ ਬੰਨੀ ਤੇ ਹੀਠਾਂ ਲਮਕਾਤੀ ਇਧਰ ਸ਼ੇਰ ਦੇ ਵੱਧ ਦੇ ਕਦਮ ਤੇ ਉਧਰ ਬਚਾਓ ਬਚਾਓ ਕਰ ਦੇ ਦੀ ਅਸਮਾਨ چیرਵੀਂ ਆਵਾਜ਼ ਅਖੀਰ ਮਾਸੜ ਹੋਰਾ ਉੱਚੀ ਸਾਰੀ ਜੈਕਾਰਾ ਛਟਿਆ ਬੋਲੇ ਸੋਨੇਹਾਲ ਅਸੀਂ ਸਾਰਿਆਂ ਨੇ ਅੱਗੇੋਂ ਉਦੋਂ ਵੀ ਉੱਚੀ ਆਵਾਜ਼ ਵਿੱਚ ਬੋਲੇ ਸੋਨੇਹਾਲ ਆਖ ਦਿੱਤਾ ਹੈਰਾਨ ਹੋ ਗਈਆਂ ਕਿਉਂਕਿ ਕਾਲੇ ਆਦਮੀ ਕਾਲੇ ਕਦਮੀ ਤੁਰਿਆ ਆਉਂਦਾ ਸ਼ੇਰ ਹੁਣ ਥੋੜਾ ਹੌਲੀ ਹੋ ਗਿਆ ਇਧਰ ਮੁੰਡਾ ਛੇਤੀ ਨਾਲ ਪੱਗ ਦਾ ਸਿਰਾ ਫੜ ਬਾਹਰ ਨਿਕਲ ਆਇਆ ਆਉਂਦੀ ਐ ਪੈਰੀ ਪੈ ਗਿਆ ਆਖਣ ਲੱਗਾ ਸਰਦਾਰ ਜੀ ਮਾਫ ਕਰ ਦਿਓ ਸਾਥੋਂ ਗਲਤੀ ਹੋ ਗਈ ਪਰ ਜੋ ਤੁਸੀਂ ਹੁਣੇ-ਹੁਣੇ ਉੱਚੀ ਸਾਰੀ ਆਵਾਜ਼ 'ਚ ਕੁਝ ਆਖਿਆ ਸੀ ਉਹ ਇੱਕ ਵਾਰੀ ਫੇਰ ਦਰਾਉ ਜਾਦੂ ਵਾਂਗ ਅਸਰ ਕੀਤਾ ਮੇਰੇ ਮੁੱਕ ਗਏ ਤੇ ਅਸੀਂ ਉਹੀ ਜੈਕਾਰਾ ਇੱਕ ਵਾਰੀ ਫੇਰ ਛੱਡ ਦਿੱਤਾ ਇਸ ਵਾਰ ਉਹਨਾਂ ਨੇ ਵੀ ਪੂਰੀ ਤਾਕਤ ਨਾਲ ਜਵਾਬ ਦਿੱਤਾ ਇਕੱਠੀ ਹੋ ਗਈ ਭੀੜ ਵਿੱਚੋਂ ਕੋਈ ਪੁੱਛੀ ਜਾਵਣ ਇਹ ਤਲਿਸਮੀ ਜੈਕਾਰੇ ਦਾ ਆਖਿਰ ਮਤਲਬ ਕੀ ਹੈ ਤਮਾਸ਼ਾ ਹੋ ਰਿਹਾ ਖਣ ਲੱਗੀ ਭਾਈ ਜਦੋਂ ਕਿਸੇ ਮਜ਼ਲੂਮ ਨੂੰ ਬਚਾਉਣਾ ਹੋਰ ਕਿਸੇ ਦੁਨਿਆਵੀ ਸ਼ੇਰ ਨੂੰ ਡਰਾਉਣਾ ਹੋਏ ਤੇ ਦਸਮ ਪਿਤਾ ਨੇ ਹਮੇ ਇੱਕ ਐਸਾ ਹਥਿਆਰ ਦਿਆ ਜੋ ਦੁਨੀਆ ਕੋ ਬਿਲਕੁਲ ਵੀ ਨਹੀਂ ਦਿਖਤਾ ਪਿੱਛੇ ਜੇ ਚੜਾਈ ਕਰ ਗਏ ਪਰ ਅਖੀਰ ਤੱਕ ਇੰਨੀ ਗੱਲ ਆਖਦੇ ਰਹੇ ਕਿ ਬੱਚਿਓ ਜਦੋਂ ਮੁਸ਼ਕਿਲ ਚ ਫਸਿਆ ਨੂੰ ਕੋਈ ਵੀ ਰਾਹ ਨਾ ਦਿਖਦਾ ਹੋਵੇ ਤਾਂ ਦਸਮ ਪਿਤਾ ਨੂੰ ਧਿਆ ਕੇ ਬਸ ਉੱਚੀ ਸਾਰੀ ਇੱਕ ਜੈਕਾਰਾ ਛੱਡਿਆ ਕਰੋ ਉਹ ਆਪ ਸਹਾਈ ਹੁੰਦਾ ਹੈ ਅਗਲੀ ਕਹਾਣੀ ਦਸ ਦੇ ਇੱਕ ਰਿਸੈਪਸ਼ਨ ਪਾਰਟੀ ਵਿੱਚ ਇੱਕ ਬਜ਼ੁਰਗ ਸਟੇਜ ਤੇ ਚੜ੍ਹ ਮੁੰਡੇ ਕੁੜੀ ਨੂੰ ਪਿਆਰ ਦੇ ਕੇ ਥੱਲੇ ਉਤਰਨੀ ਲੱਗੇ ਸੀ ਕਿ ਮੁੰਡੇ ਦੇ ਬਾਪ ਨੇ ਬਾਹੂ ਫੜ ਮੜ ਉੱਤੇ ਚਾੜ ਲਿਆ ਆਖਣ ਲੱਗੇ ਸੁਭਾਗ ਜੋੜੀ ਨਵਾਂ ਜੀਵਨ ਸ਼ੁਰੂ ਕਰਨ ਜਾ ਰਹੀ ਏ ਕੋਈ ਜ਼ਿੰਦਗੀ ਦੇ ਤਜਰਬੇ ਵਿੱਚੋਂ ਅਨਮੋਲ ਮੋਤੀ ਕੱਢ ਕੇ ਇਹਨਾਂ ਨੂੰ ਕੋਈ ਵੱਡਮੁੱਲਾ ਜੀਵਨ ਤਾਤੀ ਦਿੰਦੇ ਜਾਓ ਬਜ਼ੁਰਗ ਥੋੜਾ ਮੁਸਕਰਾਏ ਮੜਬੋਝੇ ਚੋਂ ਹਜ਼ਾਰ ਦਾ ਨੋਟ ਕੱਢ ਮੁੰਡੇ ਨੂੰ ਫੜਾਇਆ ਆਖਣ ਲੱਗੇ ਕਿ ਹੁਣ ਇਹਨੂੰ ਤੋੜ ਮਰੋੜ ਕੇ ਕੂੜੇਦਾਨ ਚ ਸੁੱਟ ਦੇ ਚਾਰੇ ਪਾਸੇ ਚੁੱਪੀ ਛਾ ਗਈ ਮੁੰਡਾ ਕਦੀ ਨੋਟ ਵੱਲ ਤੇ ਕਦੀ ਆਪਣੇ ਬਾਪ ਵੱਲ ਵੇਖੀ ਜਾ ਰਿਹਾ ਸੀ ਕੀ ਕਰਾਂ ਫਿਰ ਹੌਲੀ ਜੀ ਆਖਣ ਲੱਗਾ ਬਜ਼ੁਰਗ ਇਸ ਨੋਟ ਦੀ ਤੇ ਸਾਡੇ ਘਰ ਲਕਸ਼ਮੀ ਮੰਨ ਕੇ ਦਿਨੇ ਰਾਤ ਪੂਜਾ ਹੁੰਦੀ ਏ ਇਹਨੂੰ ਕੂੜੇਦਾਨ ਚ ਕਿੱਦਾਂ ਸੁੱਟ ਸਕਦਾ ਆਖਣ ਲੱਗੇ ਕਿ ਬਰਖੁਰਦਾਰ ਕਾਗਜ਼ ਦੀ ਲਕਸ਼ਮੀ ਦਾ ਤੇ ਇੰਨਾ ਸਨਮਾਨ ਕਰਦਾ ਏ ਪਰ ਅੱਜ ਹੱਡ ਮਾਸ ਦੀ ਬਣੀ ਆਪਣੇ ਲੜ ਲੱਗੀ ਇਸ ਅਸਲੀ ਲਕਸ਼ਮੀ ਨੂੰ ਇੱਜ਼ਤ ਮਾਨ ਕਿੱਦਾਂ ਦੇਣਾ ਇਹ ਸ਼ਾਇਦ ਤੈਨੂੰ ਦੱਸਣ ਦੀ ਲੋੜ ਨਹੀਂ ਦੋਸਤੋ ਇਹ ਤਾਂ ਅਸੀਂ ਭਲੇ-ਵਿਲੇਆਂ ਚ ਵਾਪਰੀ ਠੰਡੀਵਾ ਦੇ ਬੁੱਲੇ ਵਰਗੀ ਇੱਕ ਘਟਨਾ ਦਾ ਵੇਰਵਾ ਪਰ ਆਓ ਜੋ ਕਿਆਂ ਤਲਖ ਹਕੀਕਤਾਂ ਵੱਲ ਮੁਹਾਰਮੋੜੀਏ ਪਦਾਰਥਵਾਦ ਦੀ ਬੇਰਹਿਮ ਹਨੇਰੀ ਚ ਕਾਰੋਬਾਰਾਂ ਤੇ ਨਫੇ-ਨੁਕਸਾਨ ਦੀ ਟੱਕੜੀ ਚ ਤੁਲਦੇ ਇਹਨਾਂ ਨਾਜ਼ੁਕ ਰਿਸ਼ਤਿਆਂ ਵਿੱਚ ਪੈਸੇ ਦਾ ਬੋਲਬਾਲਾ ਇੰਨਾ ਭਾਰੀ ਹੋ ਗਿਆ ਕਿ ਸ਼ਰੇਆਮ ਲੱਗਦੀ ਬੋਲੀ ਚ ਕਦੇ ਇੱਕ ਤੇ ਜ਼ਿੰਮੇਵਾਰ ਹੁੰਦੀ ਹੈ ਤੇ ਕਦੇ ਦੂਜੀ ਇਦਾਂ ਹੀ ਕੈਨੇਡਾ ਤੋਂ ਵਾਪਸ ਗਏ ਦੀ ਬੋਲੀ ਲੱਗ ਗਈ ਫਿਰ ਪਿਆਰ ਮੁਹੱਬਤ ਵਿਚਾਰਕ ਸਾਂਝ ਨੂੰ ਮੱਖਣ ਵਾਂਗ ਲੰਬੇ ਕਰ ਉੱਚੀ ਬੋਲੀ ਵਾਲੇ ਨਾਲ ਵਿਆਹ ਹੋ ਗਿਆ ਤੇ ਫਿਰ ਸਾਲ ਬਾਅਦ ਤਲਾਕ ਬਰਫਾਂ ਦੇ ਮੁਲਕਾਂ ਚ ਆ ਗਈ ਇੱਕ ਅਲੂਣੀ ਜੀ ਕੁੜੀ ਦੀ ਦਾਸਤਾਂ ਸੁਣਾਉਂਦਾ ਹਾਂ ਸ਼ਾਇਦ 4 ਮਹੀਨੇ ਤੋਂ ਪ੍ਰੈਗਨੈਂਟ ਵੀ ਸੀ ਤਾਂ ਵੀ ਫੈਕਟਰੀ ਚ ਕੰਮ ਕਰਿਆ ਕਰਦੀ ਪਰ ਤਨਖਾਹ ਦਾ ਚੈੱਕ ਸਿੱਧਾ ਨਾਲ ਦੇ ਦੇ ਅਕਾਊਂਟ ਚ ਆਇਆ ਕਰਦਾ ਬੜੀ ਦੁਖੀ ਸ਼ਾਇਦ ਆਪਣੇ ਨਿੱਕੇ ਭੈਣ ਭਰਾਵਾਂ ਖਾਤਰ ਕੈਨੇਡਾ ਦਾ ਅੱਕ ਚੱਬਿਆ ਸੀ ਸ਼ਾਇਦ ਆਪਣੇ ਗਰਜ ਵੀ ਹੋਵੇ ਸੌ ਨਹੀਂ ਖਾ ਸਕਦਾ ਪਰ ਇਹਨਾਂ ਜ਼ਰੂਰ ਸੀ ਕਿ ਸ਼ਕਲਾਂ ਸੂਰਤਾ ਉਮਰਾ ਦੇ ਵੱਡੇ ਫਰਕ ਤੇ ਵਿਦਿਅਕ ਅਸਾਵੇਂ ਪਣ ਨੂੰ ਨਜ਼ਰ ਅੰਦਾਜ਼ ਕਰਕੇ ਮਗਰੋਂ ਹੋਏ ਇੱਕ ਵੱਡੇ ਲੈਣ ਦੇ ਸਮਝੌਤੇ ਅਧੀਨ ਹੀ ਇਹ ਵਿਆਹ ਦਾ ਕਾਰਜ ਨਿਪਰੇ ਚੜਿਆ ਸੀ ਤੇ ਕੁੜੀ ਨੂੰ ਇਹ ਸਭ ਕੁਝ ਉਸੇ ਲੈਣ ਦੇਣ ਦੀਆਂ ਬਾਕੀ ਦੀਆਂ ਕਿਸ਼ਤਾਂ ਮੋੜਨ ਦੇ ਚੱਕਰ 'ਚ ਹੀ ਕਰਨਾ ਪੈ ਰਿਹਾ ਸੀ ਦੋਸਤੋ ਇੱਥੇ ਮਚੀ ਭੱਜ ਦੌੜ ਵਿੱਚ ਜੇ ਕੋਈ ਕਿਸੇ ਨੂੰ ਦੋ ਘੜੀਆਂ ਰੋਣ ਲਈ ਆਪਣਾ ਮੋਢਾ ਵੀ ਆਫਰ ਕਰਦਾ ਹੈ ਤਾਂ ਉਹਦੇ ਵੀ ਪੈਸੇ ਵਸੂਲ ਲਏ ਜਾਂਦੇ ਨੇ ਕਿਤੇ ਪੜਿਆ ਸੀ ਕਿ 21ਵੀਂ ਸਦੀ ਦੇ ਉਜੋਕੇ ਸੱਭਿਆਕਾਖੇ ਜਾਂਦੇ ਸਮਾਜ ਵਿੱਚ ਕੁਝ ਬਲਾਤਕਾਰ ਮਾਪਿਆਂ ਦੀ ਮਰਜ਼ੀ ਤੇ ਖੁਦ ਦੀ ਸਹਿਮਤੀ ਨਾਲ ਵੀ ਹੁੰਦੇ ਨੇ ਖਿਮਾਂ ਦਾ ਜਾਚਕਾ ਗੱਲ ਕਿਧਰੋਂ ਤੁਰੀ ਕਿਧਰ ਅੱਪੜ ਗਈ ਅਗਲੀ ਕਹਾਣੀ ਗੱਲ ਉਹਨਾਂ ਭਲਿਆਂ ਵੇਲਿਆਂ ਦੀ ਹੈ ਜਦੋਂ 50 ਪੈਸੇ ਘੰਟੇ ਦੇ ਹਿਸਾਬ ਨਾਲ ਨੁਕਰ ਵਾਲੀ ਹੱਟੀ ਤੋਂ ਸਾਈਕਲ ਕਿਰਾਏ ਤੇ ਮਿਲ ਜਾਇਆ ਕਰਦਾ ਸੀ ਲਾਲ ਰੰਗ ਦੀ ਸਾਈਕਲ ਤੇ ਹੱਟੀ ਵਾਲੇ ਵੱਲੋਂ ਪਾਇਆ ਆਪਣਾ ਹੀ ਇੱਕ ਨੰਬਰ ਹੋਇਆ ਕਰਦਾ ਸੀ ਬਿਨਾ ਕੈਰੀਅਰ ਤੋਂ ਇਹ ਸਾਈਕਲ ਇਸ ਤਰ੍ਹਾਂ ਡਿਜ਼ਾਈਨ ਕੀਤੀ ਹੁੰਦੀ ਕਿ ਕੋਈ ਮਗਰ ਨਾ ਬੈਠ ਜਾਏ ਇੱਕ ਨੇ ਤਾਂ ਮਗਰਲੇ ਮਡਗਾਰਡ ਤੇ ਤਿੱਖੇ ਕਿੱਲ ਵੀ ਲਵਾਏ ਹੁੰਦੇ ਸਨ ਕਿਰਾਏ ਦੇ ਨਿਯਮ ਬੜੇ ਸਖਤ ਹੋਇਆ ਕਰਦੇ ਪੂਰੀ ਰਾਸ਼ੀ ਐਡਵਾਂਸ ਵਿੱਚ ਲਈ ਜਾਂਦੀ ਟੁੱਟ ਭੱਜ ਛਿਰਟਾਂ ਦੀ ਜ਼ਿੰਮੇਵਾਰੀ ਚਲਾਉਣ ਵਾਲੇ ਦੀ ਹੁੰਦੀ ਕਈ ਵਾਰ ਪੈਂਚਰ ਵੀ ਕੋਲੋਂ ਲਵਾਉਣਾ ਪੈ ਜਾਂਦਾ ਮਿੱਥੇ ਸਮੇ ਤੋਂ 5 ਮਿੰਟ ਉੱਤੇ ਹੋ ਜਾਣ ਦਾ ਮਤਲਬ 25 ਪੈਸੇ ਹੋਰ ਦੇਣੇ ਪੈ ਜਾਣੇ ਹੁੰਦੇ ਤੇ ਫਿਰ ਕਈ ਵਾਰ ਤਰਲੀਆਂ ਤੇ ਆ ਜਾਣਾ ਪੈਂਦਾ ਵੀਰ ਬਣ ਕੇ ਕੱਲ ਨੂੰ ਦੇ ਦਾਂਗਾ ਹੋਰ ਹੈ ਨਹੀਂ ਹੁਣ ਓਨੀ ਸਰਲ ਤੇ ਸਪਸ਼ਟ ਜ਼ਮਾਨਿਆਂ ਚ ਇੱਕ ਦੂਜੇ ਤੇ ਇਤਬਾਰ ਵੀ ਛੇਤੀ ਕਰ ਲਿਆ ਜਾਂਦਾ ਸੀ ਤੰਗ ਲੰਮੀਆਂ ਢੀੜੀਆਂ ਗਲੀਆਂ ਚ ਪੂਰੀ ਜ਼ੋਰ ਨਾਲ ਵੱਜਦੇ ਪੈਡਲ ਤੇ ਮੁੜਕੋ ਮੁੜਕੇ ਹੋਇਆ ਸਰੀਰ ਰਾਹ ਵਿੱਚ ਟਾਈਮ ਪੁੱਛਦੇ ਜਾਣਾ ਤੇ ਹੋਰ ਕਿੰਨਾ ਚਿਰ ਰਹਿ ਗਿਆ ਲਾਲ ਸਾਈਕਲ ਤੇ ਚੜੇ ਕੱਚੀਆਂ ਪੱਕੀਆਂ ਗਲੀਆਂ 'ਚ ਸਪੀਡ ਤੇ ਤੁਰੇ ਜਾਂਦੇ ਅਸੀਂ ਉਸ ਵੇਲੇ ਦੇ ਬਾਦਸ਼ਾਹ ਹੋਇਆ ਕਰਦੇ ਸੀ ਕਈ ਵਾਰ ਬ੍ਰੇਕ ਫੇਲ ਹੋ ਜਾਣ ਦੀ ਸੂਰਤ ਵਿੱਚ ਦੂਰੋਂ ਹੀ ਵਾਜਾ ਮਾਰੀ ਜਾਣੀ ਆ ਕਿ ਨਿਆਣੇ ਪਰਾਂ ਕਰ ਲਓ ਆਪਣਾ ਤੇ ਨਹੀਂ ਕਿ ਜਿਸ ਤੇ ਮਰਜ਼ੀ ਘਰ ਅੱਗੇ ਬ੍ਰੇਕ ਮਾਰ ਨਲਕਾ ਗੇੜ ਪਾਣੀ ਪੀਣ ਵੜ ਜਾਣਾ ਕੋਈ ਗੁੱਸਾ ਨਹੀਂ ਸੀ ਕਰਦਾ ਸਾਈਕਲ ਚੋਰੀ ਹੋ ਜਾਣਾ ਕਦੀ ਨਹੀਂ ਸੀ ਸੁਣਿਆ ਉਹਨਾਂ ਵੇਲਿਆਂ ਵੇਲੇ ਖੁਦ ਦੀ ਸਾਈਕਲ ਹੋਣਾ ਬੜੀ ਵੱਡੀ ਗੱਲ ਗਿਣੀ ਜਾਂਦੀ ਸੀ ਭਾਰੇ ਸਾਈਕਲ ਦਾ ਚੌੜਾ ਸਟੈਂਡ ਬੜੀ ਮੁਸ਼ਕਲ ਨਾਲ ਲੱਗਦਾ। ਪਹਿਲੋ ਪਹਿਲ ਇੱਕ ਪੈडल ਤੇ ਬੈਲੈਂਸ ਬਣਾਉਣਾ ਸਿੱਖਣਾ, ਫਿਰ ਕੈਂਚੀ ਮਾਰ ਕੇ ਚਲਾਉਣਾ, ਫਿਰ ਡੰਡੇ ਦੇ ਉੱਤੋਂ ਦੀ ਲੱਤ ਕਰਕੇ ਚਲਾਉਣ ਦਾ ਮਤਲਬ ਨੋਬਲ ਇਨਾਮ ਜਿੱਤ ਲੈਣ ਦੇ ਬਰਾਬਰ ਹੁੰਦਾ। ਉਹ ਨਹੀਂ ਦਿਨੀ ਹੱਥ ਛੱਡ ਕੇ ਸੀਟ ਤੇ ਖਲੋ ਕੇ ਚਲਾਉਣਾ ਸਟੰਟ ਨਹੀਂ ਸੀ ਮੰਨਿਆ ਜਾਂਦਾ। ਕਈ ਵਾਰ ਡਿੱਗ ਕੇ ਛਿੱਲੇ ਗਏ, ਗੋਡੇ ਤੋਂ ਵਗਦਾ ਹੋਇਆ ਲਹੂ ਮਿੱਟੀ ਮਲ ਲੈਣ ਨਾਲ ਬੰਦ ਹੋ ਜਾਇਆ ਕਰਦਾ। ਇਹਨਾਂ ਤਰੀਕਿਆਂ ਵਾਲੇ ਬਚਪਨ ਦੇ ਉਹ ਦਿਨ ਅਜੋਕੇ ਆਧੁਨਿਕ ਜਵਾਨੀ ਵਾਲੀ ਭੱਜ ਦੌੜ ਤੋਂ ਕੀਤੇ ਵੱਧ ਆਨੰਦਮਈ ਇਸ ਲਈ ਹੋਇਆ ਕਰਦੇ ਸਨ ਕਿਉਂਕਿ ਦੋ ਯਾਰਾਂ 'ਚ ਕਿਸੇ ਗੱਲੋਂ ਪੈ ਗਈ ਕੱਟੀ ਦੋ ਉਂਗਲਾਂ ਦੇ ਜੁੜ ਜਾਣ ਨਾਲ ਮੁਰ ਦੋਸਤੀ 'ਚ ਬਦਲ ਜਾਇਆ ਕਰਦੀ ਸੀ ਅੱਜਕੱਲ ਜਾਂ ਤਾਂ ਪਿੰਡਾਂ ਦੀਆਂ ਜੂਹਾਂ ਵਿੱਚ ਅੰਬਾਂ ਦੇ ਰੁੱਖ ਰਹਿ ਹੀ ਨਹੀਂ ਤੇ ਜੇ ਹੈ ਵੀ ਨੇ ਤੇ ਟਾਹਣਾ ਤੋਂ ਥੱਲੇ ਲਮਕਦੀਆਂ ਕੱਚੀਆਂ ਪੱਕੀਆਂ ਅੰਬੀਆਂ ਆਪਣੇ ਆਪ ਹੀ ਡਿੱਗਣ ਤੇ ਮਜਬੂਰ ਹੋ ਗਈਆਂ ਹਨ ਕਿਉਂਕਿ ਅੱਜਕੱਲ ਦੇ ਜਵਾਨਾਂ ਦਾ ਬਚਪਨ ਮੋਬਾਈਲ ਨਾਮ ਦਾ ਅਬਦਾਲੀ ਲੁੱਟ ਕੇ ਲੈ ਗਿਆ ਹੈ ਧੰਨਵਾਦ